ਤੋਂ ਭੈੜਾ ਬੰਦਾ ਜ਼ਿੰਦਗੀ ਦੁਨੀਆ ਦਾ ਉਹ ਲੱਗਦਾ ਜਿਹੜਾ ਬੰਦਾ ਸਿਰਫ ਇੱਕ ਬੰਦੇ ਨਾਲ ਹੱਥ ਮਿਲਾ ਕੇ ਬਹਿ ਜਾਵੇ, ਜਿਹੜੇ ਉਹਦੇ ਨਾਲ ਆਏ ਨੇ ਉਹ ਉਨੇ ਹੀ ਇੰਪੋਰਟੈਂਟ ਨੇ। ਬਿਲਕੁਲ ਸਹੀ। ਜੇ ਤੁਸੀਂ ਨਾਲਦਿਆਂ ਨੂੰ ਸਤਿਕਾਰ ਨਹੀਂ ਦੇ ਸਕਦੇ ਤਾਂ ਤੁਹਾਡਾ ਉਹਨੂੰ ਦੇਣ ਦਾ ਮਤਲਬ ਇਹ ਆ ਵੀ ਤੁਸੀਂ ਮਤਲਬ ਹੀ ਹੋ। ਬਿਲਕੁਲ ਠੀਕ। ਇਹਦਾ ਮਤਲਬ ਤੁਹਾਨੂੰ ਐਥਿਕਸ ਨਹੀਂ ਹੈਗੀ। ਹਮੇਸ਼ਾ ਜਿਹੜੇ ਬੰਦੇ ਨੂੰ ਤੁਸੀਂ ਮਿਲਦੇ ਹੋ ਉਹਦਾ ਹੱਥ ਮਿਲਾ ਕੇ ਜਿੰਨੇ ਸਤਿਕਾਰ ਨਾਲ ਉਹਨੂੰ ਮਿਲਿਓ ਨਾਲਦਿਆਂ ਨੂੰ ਉਨੇ ਸਤਿਕਾਰ ਨਾਲ ਮਿਲਣਾ ਜ਼ਰੂਰੀ ਹੈ, ਕਿਉਂਕਿ ਉਹਦੇ ਨਾਲ ਜਿਹੜਾ ਇੱਕ ਇੱਕ ਬੰਦਾ ਉਹਨੂੰ ਟਾਈਮ ਦੇ ਰਿਹਾ ਉਹ ਉਹਦੀ ਜਿੰਦ ਜਾਨ ਆ। ਵਾਕਈ। ਤੇ ਮੈਨੂੰ ਸਭ ਤੋਂ ਵੱਧ ਗੁੱਸਾ ਹੀ ਉਹ ਬੰਦੇ ਦਾ ਜਿਹੜਾ ਮੇਰੇ ਨਾਲਦਿਆਂ ਨੂੰ ਚੰਗੀ ਤਰ੍ਹਾਂ ਨਾਲ ਮਿਲੇ। ਮੈਨੂੰ ਬੰਦਾ ਨਾ ਮਿਲੇ ਕੋਈ